ਦੇ ਦਿੱਤੇ ਬੰਦ ਬੰਦ ਕਟਵਾਏ ਕੋਪੀਆਂ ਮਾਈਆਂ ਚੱਕਰੀਆਂ ਤੇ ਚੜੇ ਆਰਿਆਂ ਨਾਲ ਚਲਾ ਗਏ ਪਟਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਚੌਕੀਆਂ ਝੰਡੇ ਪੁੱਜੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲ ਜੀ ਵਿਸਥਾਂ ਦਾ ਮਨ ਨੀਵਾ ਨਤ ਜੀ ਮਤ ਪਾਦਾ ਰਾਖਾ ਖਾਨ ਕੁਵਾਨੀ ਤੇ ਮਾਇਆ ਕਿਉਂ ਦੇ ਅੰਦਰ ਸਰਬੱਤ ਸਾਧ ਸੰਗ ਜੀ ਨੇ ਰਾਣ ਕੇ ਵਿਸ਼ੇ ਦੀਵਾਨ ਸਜਾਇਨ ਸਜੇ ਦੀਵਾਨ ਦਰਾਜੀ ਦੀ ਇਲਾਹੀ ਬਾਣ ਸ਼ਬਦ ਕੀਰਤਨ ਜੀ ਕੀ ਅਰਦਾਸ ਗੁਰ ਪਿਆਰ ਜੀ ਕੀ ਅਰਦਾਸ ਨਾਮ ਸਿਮਰਨ ਦੀ ਕਿਰਦਾਸ ਅਨੰਦ ਸਾਹਿਬ ਜੀ ਦੇ ਛੇ ਪੌੜੀਆਂ ਦੀ ਕਿਰਦਾਸ ਅੱਖਰ ਵਾਧਾ ਘਾਟਾ ਹੋਈ ਮਾਫ ਕਰਨੀ ਬਾਣੀ ਬੜੀ ਸੁਣੀ ਸਤਿਖੰਡ ਦੀ ਪ੍ਰਵਾਨ ਕਰ ਭੁੱਲਾਂ ਚੁੱਕਾਂ ਵੇਰ ਦੀਆਂ ਮਾਫ ਕਰਨੀਆਂ ਸਰਬਾਦੀਆਂ ਹਾਲ ਦਰ ਕਬੂਲ ਕਰਨੀਆਂ ਕਦਮ ਦੇਖ ਕੇ ਲਾਉਣੇ ਕਰਦੀਆਂ ਕਲਾ ਮੁਸ਼ੀ ਸਰਬੱਤ ਸਾਧ ਸਿੰਘ ਦੇ ਸਿਰ ਤੇ ਬਖਸ਼ੀ ਭਰਿਆ ਕਰ ਸੇਵਾ ਸਿਮਰਨ ਦੀ ਦਾ ਬਖਸ਼ਣੀ ਆਪਣੇ ਚਰਨਾਂ ਨਾਲ ਜੋੜੀ ਰੱਖਣਾ ਰਹਿਣ ਤਾਂ ਬਖਸ਼ਿਸ਼ਾਂ ਕਰਨੀਆਂ ਸਰਬੱਤ ਪੰਥ ਖਾਲਸੇ ਨੁਸਾਰ ਚੜ੍ਹਦੀਆਂ ਕੜਾਂ ਬਖਸ਼ਣੀਆਂ ਹਰ ਮੈਦਾਨ ਹਰ ਦੀਵਾਨ ਫਤਿਹ ਕਰਨੀ ਸਰਬੱਤ ਨੂੰ ਵਧਾਈਆਂ ਖੁਸ਼ੀਆਂ ਬਖਸ਼ਣੀਆਂ ਜ਼ਰੂਰੀ ਅੰਦਰ ਅਰਦਾਸ ਬੇਨਤੀ ਹੈ ਗੁਰੂ ਪਰਿਵਾਰ ਸਰਦਾਰ ਬਸੰਤ ਸਿੰਘ ਇੰਦਰਾ ਸਰਬੱਤ ਪਰਿਵਾਰ ਵੱਲੋਂ ਆਪ ਜੀ ਦੇ ਲਈ ਸੁੰਦਰ ਵਾਲਿਆਂ ਦਾ ਸਹਿਤ ਹਾਜ਼ਰ ਕੀਤਾ ਗਿਆ ਦਰਸ ਪ੍ਰਵਾਨ ਕਰਨੇ ਸਰਦਾਰ ਕੁਲਦੀਪ ਸਿੰਘ ਲੋਧੀ ਪਰਿਵਾਰ ਵੱਲੋਂ ਦਾਨ ਦੀ ਸੇਵਾ ਹਾਜ਼ਰ ਹੋਈ ਹੈ ਸਰਦਾਰਨੀ ਸੁਰਿੰਦਰ ਕੌਰ ਸਤਿੰਦਰ ਸਿੰਘ ਓਬਰਾਏ ਸਤਿਗੁਰੂ ਫੈਸ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਹਾਜ਼ਰ ਹੋਈ ਹੈ ਜਲੇਬੀ ਅਤੇ ਪਕੌੜਿਆਂ ਦੀ ਸੇਵਾ ਸਰਦਾਰ ਪਰਮਜੀਤ ਸਿੰਘ ਸਾਹਨੀ ਪਰਿਵਾਰ ਵੱਲੋਂ ਹੋਈ ਹੈ ਸੋਲਾਰ ਸਿਸਟਮ ਦੀ ਸੇਵਾ ਸਰਦਾਰ ਬਚਿੱਤਰ ਸਿੰਘ ਲਈ ਪਰਿਵਾਰ ਵੱਲੋਂ ਹੋਈ ਹੈ ਜਲ ਦੀ ਸੇਵਾ ਸਰਦਾਰ ਜਸਜੀਤ ਸਿੰਘ ਓਬਰਾਏ ਪਰਿਵਾਰ 25,000 ਬੋਤਲਾਂ ਦੀ ਸੇਵਾ ਹਾਜ਼ਰ ਹੋਈ ਹੈ ਸੱਚੇ ਪਾਤਸ਼ਾਹ ਜੀ ਪੂਰਾ ਕੰਪਾਊਂਡ ਅਤੇ ਸੀੜੀਆਂ ਦੇ ਸਵਰਾਜ ਲਾਈਟ ਦੀ ਸੇਵਾ ਸਰਦਾਰ ਰਿਸ਼ੀ ਰਾਜ ਸਿੰਘ ਓਮਕਾਰ ਰਾਜ ਸਿੰਘ ਜਸਪਾਲ ਸਿੰਘ ਬਰਾਏ ਪਰਿਵਾਰ ਵੱਲੋਂ ਹੋਈ ਹੈ ਸੀੜੀਆਂ ਉੱਤੇ ਡੰਡੇ ਪੇਂਟ ਦੀ ਸੇਵਾ ਸਰਦਾਰ ਅਜੀਤ ਸਿੰਘ ਰਵੇਲ ਸਿੰਘ ਆਲਮ ਪਰਿਵਾਰ ਵੱਲੋਂ ਹੋਈ ਹੈ ਸ੍ਰੀ ਦੀਪਕ ਸਾਹਿਬ ਜੀ CEO ਮਲਕਾਪੁਰ ਬੈਂਕ ਪਰਿਵਾਰ ਵੱਲੋਂ ਲੰਗਰ ਲਈ 1,00,000 ਰੁਪਏ ਹਾਜ਼ਰ ਕੀਤੇ ਗਏ ਅਨੁਸਾਰ ਪ੍ਰਵਾਨ ਕਰਦੇ ਸਰਦਾਰ ਉਤਮ ਸਿੰਘ ਸੋਢੀ ਦੇ ਰੋਗਤਾ ਦੀ ਜਾਚਨਾ ਕਰਦੇ ਹਨ ਸਰਦਾਰ ਦਲਜੀਤ ਬੱਚੀ ਦੇ ਸਿਰ ਤੇ ਬਖਸ਼ੀ ਪਰਿਆ ਰੱਖਣੇ ਲੰਬੀਆਂ ਉਮਰਾਂ ਬਖਸ਼ਣੀਆਂ ਮਾਤਾ ਪਿਤਾ ਦੇ ਅੱਗੇ ਕਾਰ ਰੱਖਣਾ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਪਰਿਵਾਰ ਨੂੰ ਵਧਾਈਆਂ ਖੁਸ਼ੀਆਂ ਬਖਸ਼ਣੀਆਂ ਪਰਿਵਾਰ ਵੱਲੋਂ ਆਪ ਜੀ ਦੇ ਲਈ ਸੁੰਦਰ ਮਾਲੇ ਹਾਜ਼ਰ ਕੀਤੇ ਗਏ ਹਨ ਸ਼ਾਬਾ ਪਰਿਵਾਰ ਵੱਲੋਂ 1 ਕੁਇੰਟਲ ਆਟੇ ਦੀ ਸੇਵਾ ਹਾਜ਼ਰ ਹੋਈ ਹੈ ਹੋਟਲ ਦਿੱਲੀ ਦਰਬਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਜਬਿੰਦਾ ਬਿਜਨਸ ਸਕੇਲ ਜਬਿੰਦਾ ਸਟੇਟ 5,00,000 50,000 ਸਕੇਲ ਗੁਰ ਦਾ ਨਵਾਂ ਕੰਮ ਅਰੰਭਿਆ ਸੱਚੇ ਪਾਤਸ਼ਾਹ ਜੀ ਉਹ ਆਪ ਰਹਿਮਤਾਂ ਬਖਸ਼ਿਸ਼ਾਂ ਕਰਨੀਆਂ ਸੇਵਕਾਂ ਦੇ ਸਿਰ ਤੇ ਬਖਸ਼ੀ ਪਰਿਆਤ ਰੱਖਣੇ ਕਾਰੋਬਾਰਾਂ ਦੀ ਵਾਧੀ ਬਖਸ਼ਣੇ ਅੰਬ ਸੰਗ ਹੋ ਸਹਾਇਣਾ ਪਰਿਵਾਰ ਨੂੰ ਇਹ ਅੰਕੁਮਾਰ ਅਰਦਾਸ ਹੋਈ ਹੈ ਖਜ਼ਾਨੇ ਭਰਪੂਰ ਆਪਣੀ ਕਿਰਤਮਾਈਆਂ ਕਰਤਾਂ ਪਾਉਣੀਆਂ ਸੰਗ ਹੋ ਸਹਾਇ 50,000 ਰੁਪਏ ਹਾਜ਼ਰ ਕੀਤੇ ਗਏ ਅੰਦਰ ਪ੍ਰਵਾਨ ਕਰਨੇ ਸਰਦਾਰ ਕਰਮਜੋਤ ਸਿੰਘ ਸੋਢੀ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਕਰਦੇ ਹਨ ਸਰਦਾਰ ਮਨੋਹਰ ਸਿੰਘ ਚਾਵੜਾ ਰੁਮਾਲਾ ਸਾਹਿਬ ਹਾਜ਼ਰ ਕਰਦੇ ਹਨ ਸਰਦਾਰ ਜਗਿੰਦਰ ਸਿੰਘ ਜੱਗੀ ਪਰਿਵਾਰ ਵੱਲੋਂ ਰੁਮਾਲੇ ਸਾਹਿਬ ਹਾਜ਼ਰ ਕੀਤੇ ਗਏ ਹਨ ਗੁਰਪ੍ਰਵਾਸ ਸਿੰਘ ਸਰਦਾਰ ਮਨਮੋਹਨ ਸਿੰਘ ਉਪਰਾਜ ਪਰਿਵਾਰ ਵੱਲੋਂ ਸੁੰਦਰ ਮਾਰੇ ਅਤੇ ਚੌਕਲੇਟ ਦੀ ਸੇਵਾ ਹਾਜ਼ਰ ਹੋਈ ਹੈ ਦਰ ਪ੍ਰਵਾਨ ਕਰਨੀ ਸਰਦਾਰ ਧਰਮ ਸਿੰਘ ਛਾਬੜਾ ਪਰਿਵਾਰ ਵੱਲੋਂ ਇੱਕ ਤੇਲ ਡੱਬੇ ਦੀ ਸੇਵਾ ਹਾਜ਼ਰ ਹੋਈ ਹੈ ਸਰਦਾਰ ਨਿਰੰਜਨ ਸਿੰਘ ਜਿੰਦਾ ਪਰਿਵਾਰ ਵੱਲੋਂ ਮਾਰੇ ਅਤੇ ਗਲਾਸਾਂ ਦੀ ਸੇਵਾ ਹਾਜ਼ਰ ਹੋਈ ਹੈ ਦਰ ਪ੍ਰਵਾਨ ਕਰਨੀ
ਲੰਗਰ ਦੀ ਸੇਵਾ ਅਤੇ ਕੁਲਫੀ ਦੀ ਸੇਵਾ ਸਰਦਾਰ ਅਮਰਜੀਤ ਸਿੰਘ ਕੋਹਲੀ ਪਰਿਵਾਰ ਵੱਲੋਂ ਹੋਈ ਹੈ। ਸੱਚੇ ਪਾਤਸ਼ਾਹ ਜੀ ਨਾਮ ਜਾਣੀ ਜਾਣ ਹੋ ਸਰਬੱਤ ਦੇ ਪਰਿਵਾਰਾਂ ਦੇ ਸਿਰ ਤੇ ਬਖਸ਼ੀ ਕਰੇ ਆਸ ਰੱਖਣੇ। ਹੋਰ ਵੀ ਜਿਨ੍ਹਾਂ ਪਰਿਵਾਰਾਂ ਵੱਲੋਂ ਤਿਲ ਕੁ ਨਜ਼ਰਾਨੇ ਭੇਟਾਂ ਹਨ, ਕੜਾਹ ਪ੍ਰਸ਼ਾਦ ਦੀ ਮਾਇਆ ਹਾਜ਼ਰ ਹੋਈ ਹੈ, ਕੜਾਹ ਪ੍ਰਸ਼ਾਦ ਦੀ ਦੇਗਾਂ ਦੀ ਮਾਇਆ ਹਾਜ਼ਰ ਹੋਈ ਹੈ, ਸੱਚੇ ਪਾਤਸ਼ਾਹ ਜੀ ਲੰਗਰ ਰਸਤ ਹਾਜ਼ਰ ਹੋਈ ਹੈ। ਨਾਮ ਜਾਣੀ ਜਾਣ ਹੋ ਸਰਬੱਤ ਦੇ ਪਰਿਵਾਰਾਂ ਦੇ ਸਿਰ ਤੇ ਬਖਸ਼ੀ ਭਰੇ ਆਸ ਰੱਖਣੇ। ਮਨੋਕਾਮਨਾਵਾਂ ਪੂਰਨ ਕਰਨੀਆਂ, ਵਧਾਈਆਂ ਖੁਸ਼ੀਆਂ ਬਖਸ਼ਣੀਆਂ। ਇਸ ਖੁਸ਼ੀਆਂ ਦੇ ਅੰਦਰ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਅਰਦਾਸ ਹੋਈ ਹੈ। ਨਾਮ ਜਾਣੀ ਜਾਣ ਹੋ ਸਰਬੱਤ ਦੇ ਪਰਿਵਾਰਾਂ ਦੇ ਗ੍ਰਹਿ ਵਿਖੇ ਸੁਖ ਸ਼ਾਂਤੀ ਸਦਾ ਚੜ੍ਹਦੀਆਂ ਕੜਾਹ ਬਖਸ਼ਣੀਆਂ। ਹਜ਼ੂਰੀ ਅੰਦਰ ਸਰਬੱਤ ਸਾਧ ਸਿੰਘ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇ ਹਾਜ਼ਰ ਹੈ। ਜੋ ਪ੍ਰਭ ਕੋ ਜੋ ਚਰਦਾ ਕਰ ਸੇਵਤੀ ਗੁਰਪਾਤ ਉਤਾਰਿਆ, ਜੋ ਚਰਦਾ ਕਰ ਸੇਵਤੀ ਗੁਰਪਾਤ ਉਤਾਰਿਆ। ਬੋਲੀ ਅਰਦਾਸ ਸੁਣੀ ਭਗਤ ਆਪਣੇ ਕੀ, ਸਭ ਜੀ ਪਿਆ ਕਿਰਪਾ ਲਾਰਾ, ਪ੍ਰਭ ਕਰਨ ਕਾ ਸਮਰਥਾ, ਹਰ ਸਿਮਰਤ ਸਭ ਪ੍ਰਾਥਾ, ਆਪਣੇ ਦਾਸ ਕੀ ਸੁਣੀ ਬਿਨਤੀ, ਸਭ ਨਾਨਕ ਸੁਖ ਸਵੰਤੀ, ਪ੍ਰਭ ਕਰਨ ਕਾ ਸਮਰਥਾ, ਹਰ ਸਿਮਰਤ ਸਭ ਪ੍ਰਾਥਾ, ਆਪਣੇ ਦਾਸ ਕੀ ਸੁਣੀ ਬਿਨਤੀ, ਸਭ ਨਾਨਕ ਸੁਖ ਸਵੰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।